ਮਾਨਸਹਿਰ ਬਾਰਾਤੀਆਂ ਨਾਲ ਭਰੀ ਬੱਸ ਉਲਟਣ ਨਾਲ 6 ਬੰਦੇ ਜਾਂ ਬਾਹਕ ਤੇ 12 ਜ਼ਖਮੀ ਥੀ ਗਏ। ਹਸਪਤਾਲ ਇੰਤਜ਼ਾਮੀਆ ਮੁਤਾਬਕ ਹਲਾਕਤਾਂ ਵਿੱਚ ਵਧਾਰੇ ਦਾ ਖਦਸ਼ਾ ਹੈ। ਗਫਲਤ, ਲਾਪਰਵਾਹੀ ਤੇ ਤੇਜ਼ ਰਫਤਾਰੀ ਕੀਮਤੀ ਜ਼ਿੰਦਗੀਆਂ ਨਿਗਲ ਗਈ। ਮਾਨਸਹਿਰਾ ਦੇ ਨਵਾਈ ਇਲਾਕੇ ਤਨਾਲ ਮਹਾਰਿਕ ਬਾਰਾਤੀਆਂ ਨਾਲ ਭਰੀ ਬੱਸ ਨੂੰ ਹਾਦਸਾ ਪੇਸ਼ ਆਇਆ। ਹਾਦਸੇ ਦੇ ਨਤੀਜੇ 'ਚ ਕਈ ਬੰਦੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ, ਜਾਂ ਬਾਹਕ ਥੀ ਮਾੜਾ ਲਿਆਂ 'ਚ ਖਵਾਤੀਨ ਤੇ ਬਾਲ ਵੀ ਸ਼ਾਮਿਲ। ਹਾਦਸੇ 'ਚ ਕਈ ਬੰਦੇ ਜ਼ਖਮੀ ਥੀਏ, ਜਿਨ੍ਹਾਂ 'ਚ ਕੁਝ ਦੀ ਹਾਲਤ ਨਾਜ਼ੁਕ ਦਿਸਾਈ ਵੇਂਦੀ ਏ। ਬੱਸ 'ਚ ਖਵਾਤੀਨ ਤੇ ਬਾਲਾਂ ਸਮੇਤ 50 ਤੋਂ ਵੱਧ ਮੁਸਾਫਿਰ ਸਵਾਰ ਹਨ। ਵਾਕਏ ਦੀ ਇਤਲਾਹ ਮਿਲਦੀ ਪੁਲਿਸ ਤੇ ਇਮਦਾਦੀ ਟੀਮਾਂ ਮੌਕੇ 'ਤੇ ਪੁੱਜ ਤੇ ਲਾਸ਼ਾਂ ਦੇ ਜ਼ਖਮੀਆਂ ਨੂੰ ਹਸਪਤਾਲ ਮੁੰਤਕਿਲ ਕੀਤਾ।